ਦਿਲ ਦਿਆ ਹੈ ਜਾ ਭੀ ਦੇਂਗੇ ਏ ਵਤਨ ਤੇਰੇ ਲੀਏ, ਦਿਲ ਦਿਆ ਹੈ ਜਾ ਭੀ ਦੇਂਗੇ ਏ ਵਤਨ ਤੇਰੇ ਲੀਏ, ਦਿਲ ਦਿਆ ਹੈ ਜਾ ਭੀ ਦੇਂਗੇ ਏ ਵਤਨ ਤੇਰੇ ਲੀਏ। ਹਰ ਕਰਮ ਆਪਣਾ ਕਰੇਂਗੇ, ਹਰ ਕਰਮ ਆਪਣਾ ਕਰੇਂਗੇ ਹੈ ਵਤਨ ਤੇਰੇ ਲੀਏ, ਦਿਲ ਦਿਆ ਜਾਨ ਵੀ ਦੇਂਗੇ ਹੈ ਵਤਨ ਤੇਰੇ ਲੀਏ। ਯਹਾਂ ਗਾਤੇ ਰਾਂਝੇ ਹੋ, ਯਹਾਂ ਗਾਤੇ ਰਾਂਝੇ ਮਸਤੀ ਮੇਂ, ਮਸਤੀ ਮਿਲ ਜਾਏ ਬਸਤੀ ਮੇਂ ਹੋ। ਯੇ ਦੇਸ ਹੈ ਵੀਰ ਜਵਾਨੋ ਕਾ, ਅਲਬੇਲੋ ਕਾ, ਮਸਤਾਨੋ ਕਾ, ਇਸ ਦੇਸ ਕਾ ਯਾਰ ਹੋ, ਇਸ ਦੇਸ ਕਾ ਯਾਰੋ ਕਿਆ ਕਹਿਣਾ, ਯੇ ਦੇਸ ਹੈ ਦੁਨੀਆ ਕਾ ਗਹਿਣਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ, ਮੈਂ ਹਾਂ ਮਨਦੀਪ ਕੌਰ ਸੰਧੂ। ਪਹਿਲਾਂ 2 ਦਿਨਾਂ ਦੀ ਮੁਬਾਰਕਬਾਦ ਦਿੰਦੇ ਚੱਲਦੇ ਹਾਂ। ਪਹਿਲੇ ਦਿਨ ਦੀ 15 ਅਗਸਤ, ਅੱਜ ਸਾਡਾ ਭਾਰਤ ਆਜ਼ਾਦ ਹੋਇਆ ਸੀ, ਅਤੇ ਦੂਸਰਾ ਖੂਬਸੂਰਤ ਦਿਨ ਹੈ ਜੀ ਰੱਖੜੀ ਦਾ ਪਵਿੱਤਰ ਦਿਹਾੜਾ। ਸੋ ਬਿਲਕੁਲ ਜੀ, ਭੈਣ ਅਤੇ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਹੋਰ ਵੀ ਮਜ਼ਬੂਤ ਬਣਾਉਂਦਾ ਹੈ ਇੱਕ ਖੂਬਸੂਰਤ ਦਿਨ। ਸੋ ਬਿਲਕੁਲ ਜੀ, ਅੱਜ ਅਸੀਂ ਜਿੱਥੇ ਪਹੁੰਚੇ ਹੋਏ ਹਾਂ, ਪਿਛਲੇ ਬੋਰਡ ਤੋਂ ਤੁਸੀਂ ਅੰਦਾਜ਼ਾ ਲਗਾ ਹੀ ਲਿਆ ਹੋਵੇਗਾ ਕਿ ਮੈਂ ਕਿੱਥੇ ਖੜੀ ਹੋਈ ਹਾਂ। ਸੋ ਬਿਲਕੁਲ, ਅੱਜ ਉਹਨਾਂ ਵੀਰਾਂ ਦੇ ਗੁੱਟਾਂ 'ਤੇ ਮੈਂ ਰੱਖੜੀ ਸਜਾਉਣ ਜਾ ਰਹੀ ਹਾਂ, ਜਿਨ੍ਹਾਂ ਦੀਆਂ ਭੈਣਾਂ ਕੋਹਾਂ ਦੂਰ ਨੇ ਜਾਂ ਭੈਣਾਂ ਹੈ ਹੀ ਨਹੀਂ ਹੈ। ਸੋ ਇਹਨਾਂ ਵੀਰਾਂ ਦੀਆਂ ਅੱਜ ਕਲਾਈਆਂ ਮੈਂ ਸੁਣੀਆਂ ਨਹੀਂ ਰਹਿਣ ਦੇਵਾਂਗੀ, ਅੱਜ ਅਸੀਂ ਰੱਖੜੀ ਜ਼ਰੂਰ ਬੰਨਣ ਆਵਾਂਗੇ। ਪਹਿਲਾਂ ਇਹ ਵੀ ਦੱਸਦੇ ਚੱਲਦੇ ਕਿ ਅੱਜ ਲੱਖਾਂ ਭੈਣਾਂ ਜਿਨ੍ਹਾਂ ਦੇ ਵੀਰ ਫੌਜ ਵਿੱਚ ਨੇ ਜਾਂ ਉਹਨਾਂ ਤੋਂ ਦੂਰ ਰਹਿੰਦੇ ਨੇ, ਉਹਨਾਂ ਦੀ ਇੱਕੋ ਆਸ ਹੋਏਗੀ ਕਿ ਸਾਡਾ ਵੀਰ ਸਾਡੇ ਕੋਲ ਹੋਵੇ ਅਤੇ ਅਸੀਂ ਉਹਨੂੰ ਰੱਖੜੀ ਬੰਨੀਏ। ਅਤੇ ਜਾਂਬਾਜ਼ ਸੂਰਬੀਰ ਯੋਧੇ ਵੀ ਹਮੇਸ਼ਾ ਇਸ ਦਿਨ ਦੀ ਉਡੀਕ ਕਰਦੇ ਨੇ ਕਿ ਸਾਡੀ ਭੈਣ ਦੀ ਰੱਖੜੀ ਆਵੇਗੀ। ਪਰ ਕਈ ਵੀਰ ਅਜਿਹੇ ਵੀ ਨੇ ਜਿਨ੍ਹਾਂ ਦੇ ਕੋਲ ਭੈਣਾਂ ਹੀ ਨਹੀਂ ਹੈ, ਪਰ ਅੱਜ ਉਹਨਾਂ ਦੀ ਭੈਣ ਬਣ ਕੇ ਮੈਂ ਜਾ ਕੇ ਉਹਨਾਂ ਦੇ ਗੁੱਟ 'ਤੇ ਰੱਖੜੀ ਸਜਾਵਾਂਗੀ ਅਤੇ ਉਹਨਾਂ ਦੇ ਮਨਾਂ ਦੇ ਵਿੱਚ ਜੋ ਵੀ ਵਲਵਲੇ ਨੇ ਅਸੀਂ ਸਾਂਝਾ ਜ਼ਰੂਰ ਕਰਾਂਗੇ, ਕਿਉਂਕਿ ਵੀਰਾਂ ਦੇ ਨਾਲ ਤਾਂ ਸਰਦਾਰੀ ਹੁੰਦੀ ਹੈ। पहली बार मुझे राखी नसीब हो रहा है तो बहुत खुशी मिल रही है, अंदर से इतना खुशी मिल रही है कि आंख भर गया मेरा जब आखिर अब राखी बंद रहते तब। और ये मेरा पहले रक्षाबंधन इधर ही है, मेरा खुद का बहन नहीं है, लेकिन जो बहन की कमी है वो आपने पूरा कर दिया, बस दिस इज फर्स्ट टाइम फॉर मी। बहुत बहुत शुक्रिया यहाँ लोगों ने आकर के रखनी बांधी, और बस जी जा रहा है कि आप लोगों को धन बहुत दोनों हाथ जोड़ करके धन्यवाद करें। Thank you.
ਦੇਸ਼ ਦੇ ਰਖਵਾਲਿਆਂ ਦੇ ਅੱਜ ਗੁੱਟ 'ਤੇ ਅਸੀਂ ਰੱਖੜੀ ਜਿਹੜੀ ਸਜਾਈ ਹੈ, ਸੋ ਇਹਨਾਂ ਦੀਆਂ ਭਾਵਨਾਵਾਂ ਕੀ ਨੇ, ਇਹਨਾਂ ਦੇ ਨਾਲ ਗੱਲਬਾਤ ਅਸੀਂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿੱਦਾਂ ਦਾ ਲੱਗ ਰਿਹਾ ਸੀ ਅੱਜ ਰੱਖੜੀ ਬੰਨਣ ਆਏ ਹਾਂ? ਅਤੇ ਵੈਸੇ ਅੱਜ ਇਹ ਤਿਉਹਾਰ ਆ, ਹੈ ਨਾ, ਤੁਸੀਂ ਆਪਣੇ ਘਰੋਂ ਦੂਰ ਹੋ। ਹਾਂਜੀ ਮੈਮ, ਬਹੁਤ ਵਧੀਆ ਲੱਗਿਆ ਜੀ। ਰੱਖੜੀ ਵੀ ਅਤੇ 15 ਅਗਸਤ ਵੀ, ਦੋਨੇ ਆਜ਼ਾਦੀ ਦਾ ਦਿਨ ਵੀ ਆ, ਤਾਂ ਸਾਡਾ ਰੱਖੜੀ ਵੀ ਆ, ਭੈਣਾਂ ਦੀ ਰੱਖਿਆ ਕਰਨ ਲਈ ਅਤੇ ਦੇਸ਼ ਦੀ ਰੱਖਿਆ ਕਰਨ ਲਈ। ਸਾਨੂੰ ਬਹੁਤ ਵਧੀਆ ਲੱਗ ਰਿਹਾ, ਬਹੁਤ ਵਧੀਆ ਦਿਨ ਇਕੱਠਾ ਆ ਰਿਹਾ ਇੱਕ ਦਿਨ 'ਚ, ਅਤੇ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ। ਅਸੀਂ ਘਰਾਂ ਦੂਰ ਬੈਠੇ ਹਾਂ, ਭੈਣਾਂ ਨਾਲ ਕੋਲ ਹੁੰਦੇ ਹੋਏ ਵੀ ਤੁਹਾਡੇ ਵਰਗੀਆਂ ਭੈਣਾਂ ਆਈਆਂ, ਸਾਡੇ ਰੱਖੜੀ ਬੰਨੀ, ਬਹੁਤ ਚੰਗਾ ਲੱਗਿਆ ਜੀ। ਥੈਂਕ ਯੂ। ਸੋ ਤੁਸੀਂ ਕਿੱਥੋਂ ਆਏ ਹੋ ਜੀ? ਮੈਂ ਲੁਧਿਆਣਾ ਤੋਂ। ਮੈਮ ਤੁਸੀਂ ਲੁਧਿਆਣਾ ਤੋਂ ਆ, ਅਤੇ ਵੈਸੇ ਤੁਸੀਂ ਤਾਂ ਛੁੱਟੀ ਮਿਲ ਗਈ ਹੋਊਗੀ, ਨੇੜੇ ਆ ਲੁਧਿਆਣਾ ਤਾਂ? ਨਹੀਂ, ਥੋੜ੍ਹਾ ਜਿਹਾ ਛੁੱਟੀ ਦੀ ਪ੍ਰੋਬਲਮ ਚੱਲ ਰਹੀ ਹੈ, ਅਤੇ ਹੁੰਦਾ ਰਹਿੰਦਾ 15 ਅਗਸਤ ਦਾ, ਤੁਹਾਨੂੰ ਵੀ ਪਤਾ ਹੈ ਚੀਜ਼ ਦਾ, ਅਤੇ ਇਸ ਕਰਕੇ ਜਾਣ ਦਾ ਮੌਕਾ ਨਹੀਂ ਮਿਲਿਆ। ਸੋ ਅੱਜ ਅਸੀਂ ਰੱਖੜੀ ਸਜਾਈ ਹੈ, ਕਿੱਦਾਂ ਲੱਗ ਰਿਹਾ? ਬਹੁਤ ਹੀ ਵਧੀਆ ਲੱਗ ਰਿਹਾ। ਜਾਂ ਮਤਲਬ ਤੁਸੀਂ ਇਹ ਸੋਚੋ ਵੀ ਸਾਨੂੰ ਆਪਣੀ ਭੈਣਾਂ ਦੀ ਜਾਂ ਫੈਮਿਲੀ ਦੀ ਕਮੀ ਤੁਸੀਂ ਅੱਜ ਸਾਡੀ ਪੂਰੀ ਕਰਤੀ, ਬੜਾ ਦਿਲ ਖੁਸ਼ ਹੋਇਆ। ਅਤੇ ਜਦੋਂ ਤੁਹਾਡੇ ਵਰਗੇ ਭੈਣਾਂ ਆਉਂਦੀਆਂ, ਸਾਨੂੰ ਬੜਾ ਚੰਗਾ ਲੱਗਦਾ, ਅੱਛਾ ਲੱਗਦਾ ਚੀਜ਼ਾਂ ਦਾ। ਸੋ ਇੱਥੇ ਵੀ ਵੀਰ ਜੀ ਮੇਰੇ ਨਾਲ ਨੇ। ਸੋ ਵੀਰ ਜੀ, ਤੁਹਾਡੇ ਗੁੱਟ 'ਚ ਅਸੀਂ ਰੱਖੜੀ ਸਜਾਈ ਹੈ, ਤੁਸੀਂ ਵੈਸੇ ਕਿੱਥੋਂ ਬਿਲੋਂਗ ਕਰਦੇ ਹੋ? ਮੈਂ ਹਰਿਆਣਾ 'ਚ ਬਿਲੋਂਗ ਕਰਦਾ ਹਾਂ। ਹਰਿਆਣਾ 'ਤੇ ਫਿਰ ਭੈਣ ਦੀ ਰੱਖੜੀ ਆਈ ਸੀ? ਨਹੀਂ ਨਹੀਂ, ਆਪ ਆ ਗਏ, ਆਪ ਵੀ ਬਹਿਣ ਹੀ ਹੋ, ਹਮਾਰੇ ਕੋ ਤੋਂ ਉਤਨੀ ਵੈਸੀ ਬਹਿਣ ਵੋ ਹੈ, ਵੈਸੀ ਆਪ ਹੋ। ਆਪਣੇ ਰਾਖੀ ਬੰਧੀ ਬਹੁਤ ਅੱਛਾ ਲੱਗਿਆ, ਆਪਣਾਪਣ ਮਹਿਸੂਸ ਹੋਇਆ, ਬਹੁਤ ਹੀ ਬੜੀਆ ਲੱਗਿਆ ਹਮਾਰੇ ਕੋ। ਸੋ ਆਪ ਕਹਾਂ ਕੇ ਰਹਿਣੇ ਵਾਲੇ ਹੋ? MP ਮੱਧ ਪ੍ਰਦੇਸ਼। ਮੱਧ ਪ੍ਰਦੇਸ਼ ਮੇਂ ਘਰ ਕਬ ਜਾਤੇ ਹੋ? ਘਰ ਜਬ ਛੁੱਟੀ ਮਿਲਤੀ ਤਭੀ ਜਾਤੇ ਹੈ। ਕਿਤਨੀ ਦੇਰ ਹੋ ਗਈ ਘਰ ਸੇ ਦੂਰ? ਅਭੀ ਤੋ 4 ਮਹੀਨੇ ਹੋ ਗਏ ਤਬ ਸੇ ਨਹੀਂ ਗਏ। ਤਬ ਸੇ ਨਹੀਂ ਹੋ ਜੀ। ਤੇ ਆਜ ਹਮਨੇ ਰਾਖੀ ਬੰਧੀ ਹੈ, ਕਿਆ ਫੀਲਿੰਗ ਸਰ? ਫੀਲਿੰਗ ਯਹੀ ਹੋਈ ਕਿ ਹਮਾਰੀ ਬਹਿਨਾ ਕੀ ਯਾਦ ਆ ਗਈ ਹਮੇ, ਔਰ ਬਹੁਤ ਅੱਛਾ ਲਗਾ ਜੋ ਆਪਨੇ ਹਮੇ ਰਾਖੀ ਬੰਧੀ। ਬਸ ਯਹੀ ਮਹਿਸੂਸ ਹੋ ਗਿਆ ਕਿ ਯਹਾਂ ਪਰ ਵੀ ਹਮਾਰੀ ਬਹਿਨੇ ਹੈ। ਵੈਸੇ ਕਿਤਨੀ ਦੇਰ ਹੋ ਗਈ ਹੈ ਬਹਿਨ ਕੀ, ਖੁਦ ਕੀ ਬਹਿਨ ਕੀ ਰਾਖੀ ਜਹਾਂ ਬਨਵਾਈ ਹੋਈ? ਮੁਝੇ 6 ਸਾਲ ਹੋ ਗਿਆ, ਕਭੀ ਨਹੀਂ ਰਾਖੀ ਬੰਧਵਾਇਆ ਮੈਨੇ ਆਪਣੀ ਬਹਿਨ ਸੇ। 6 ਸਾਲ? ਹਾਂ ਜੀ, ਆਜ ਆਪਨੇ ਬੰਧੀ ਹੈ। ਸੋ ਬਿਲਕੁਲ ਜੀ, ਮੈਂ ਵੀ ਇਹਨਾਂ ਦੀ ਭੈਣ ਹਾਂ। ਇਹ ਮੇਰੇ ਵੀਰ ਨੇ, ਕਿਉਂਕਿ ਸਾਡੀ ਹਮੇਸ਼ਾ ਜਿਹੜੀ ਹੈ ਰੱਖਿਆ ਕਰਨ ਦੇ ਲਈ ਤਤਪਰ ਰਹਿੰਦੇ ਨੇ। ਕਦੇ ਵੀ ਦੇਸ਼ 'ਤੇ ਭੀੜ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਇਹ ਸਾਡੇ ਜਵਾਨ ਨੇ ਜੋ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਹੀ ਸਾਡੇ ਲਈ ਖੜ੍ਹੇ ਹੋ ਜਾਂਦੇ ਨੇ। ਸੋ ਤੁਸੀਂ ਤਾਂ ਕਿੱਥੋਂ ਦੇ ਰਹਿਣ ਵਾਲੇ ਹੋ? ਮੈਂ ਯੂਪੀ ਤੋਂ। ਤੁਸੀਂ ਯੂਪੀ ਦੇ ਰਹਿਣ ਵਾਲੇ ਹੋ, ਅੱਜ ਤੁਸੀਂ ਰੱਖੜੀ ਬਣਵਾਈ ਹੈ, ਕੀ ਕਿੱਦਾਂ ਦਾ ਲੱਗ ਰਿਹਾ? ਅੱਛਾ ਲੱਗ ਰਿਹਾ ਬਹੁਤ। ਮੇਰੇ ਦੋਸਤ 2 ਸਾਲ ਸਰ ਮਤਲਬ ਨਹੀਂ ਬੰਦੀ, ਮੈਂ ਮਤਲਬ ਬਣਵਾਈ ਨਹੀਂ, ਟਾਈਮ ਨਹੀਂ ਮਿਲਿਆ, ਕੋਈ ਟ੍ਰੇਨਿੰਗ ਟਾਈਮ ਮੈਂ ਤਾਂ ਜਾਣ ਨਹੀਂ ਦਿੱਤੇ। ਅਭੀ ਕਾ ਭਰਤੀ ਹੋ ਨਾ, ਮੈਂ ਨਿਆ ਨਿਆ ਹਾਂ, ਤੋ ਬਹੁਤ ਖੁਸ਼ੀ ਹੋਈ ਕਿ ਬਹਿਨ ਕੀ ਯਾਦ ਵੀ ਆਈ। ਅਭੀ ਜਾਣਾ ਨਹੀਂ ਮਿਲੇਗਾ, ਜਾਣਾ ਨਹੀਂ ਮਿਲੇਗਾ। ਸੋ ਇਮੋਸ਼ਨਲ ਥੋੜ੍ਹਾ ਜਿਹਾ ਹੋ ਗਏ ਨੇ ਕਿ ਹਾਂ ਭੈਣ ਦੀ ਯਾਦ ਆ ਰਹੀ ਹੈ, ਹੈ ਨਾ। ਸੋ ਇਹ ਵੀਰ ਨੇ ਉਹ ਨੇ ਜਦੋਂ ਸਾਡੇ ਲਈ ਹਮੇਸ਼ਾ ਖੜ੍ਹਦੇ ਨੇ, ਅਤੇ ਅੱਜ ਵੀ ਇਹਨਾਂ ਦੀਆਂ ਅੱਖਾਂ ਜਿਹੜੀਆਂ ਨਮ ਨੇ। ਸੋ ਆਪਾਂ ਬਾਕੀ ਵੀਰਾਂ ਨਾਲ ਵੀ ਗੱਲਬਾਤ ਕਰਾਂਗੇ। ਵੀਰ ਜੀ, ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਅਤੇ ਕਿੰਨੀ ਦੇਰ ਹੋ ਗਈ ਇੱਥੋਂ ਦੀ ਜੋਬ ਕਰਦੇ ਹੋ? ਮੈਂ ਤਹਿਸੀਲ ਪੱਟੀ, ਡਿਸਟ੍ਰਿਕਟ ਤਰਨ ਤਾਰਨ ਦਾ ਰਹਿਣ ਵਾਲਾ ਮੈਡਮ ਜੀ। ਮੈਨੂੰ ਇੱਥੇ ਕੋਈ 2 ਸਾਲ ਦੇ ਕਰੀਬ ਹੋ ਗਏ ਇੱਥੇ। ਹਾਂਜੀ। ਸੋ ਵੈਸੇ ਜਦੋਂ ਹੁਣ ਤਾਂ ਤਰਨ ਤਾਰਨ ਤਾਂ ਬਹੁਤ ਨੇੜੇ ਆ ਕਿ ਛੁੱਟੀ ਮਿਲ ਜਾਂਦੀ ਕਿ ਰੱਖੜੀ ਦੇ ਘਰੇ ਜਾਈਏ? ਨਹੀਂ ਮੈਡਮ, ਸਭ ਤੋਂ ਪਹਿਲਾਂ ਦੇਸ਼ ਦੀ ਰੱਖਿਆ ਹੈ, ਛੁੱਟੀ ਚਲੋ ਕੋਈ ਨਹੀਂ, ਪਰਿਵਾਰ ਨਾਲ ਮਿਲਦੇ ਗਿਲਦੇ ਰਹੀਦਾ, ਐਸੀ ਕੋਈ ਗੱਲ ਨਹੀਂ ਹੈ। ਅਤੇ ਸਭ ਤੋਂ ਪਹਿਲਾਂ ਦੇਸ਼ ਦੀ ਰੱਖਿਆ, 15 ਅਗਸਤ ਦਾ ਰੱਖਿਆ ਬੰਧਨ, ਥੋੜ੍ਹਾ ਦੇਸ਼ ਦੇ ਹਾਲਾਤ ਵੀ ਇਸ ਤਰ੍ਹਾਂ, ਸਭ ਤੋਂ ਪਹਿਲਾਂ ਡਿਊਟੀ ਹੈ ਸਾਡੀ, ਬਾਕੀ ਕੰਮ ਚਲੋ ਚੱਲਦੇ ਰਹਿੰਦੇ, ਮੈਂ ਕੋਈ ਉਹ ਨਹੀਂ। ਵੈਸੇ ਕਿੰਨੀ ਦੇਰ ਹੋ ਗਿਆ ਭੈਣ ਤੋਂ ਰੱਖੜੀ ਬਣਵਾਇਆ? ਮੈਡਮ, ਮੇਰੀ ਸਿਸਟਰ ਕੋਈ ਨਹੀਂ ਆਇਆ, ਤਾਂ ਬ੍ਰਦਰ ਹੀ ਬ੍ਰਦਰ ਆ ਬਸ। ਅਤੇ ਅੱਜ ਮੈਂ ਭੈਣ ਬਣ ਗਈ। ਹਾਂਜੀ, ਅੱਜ ਤੁਸੀਂ ਉਹ ਕਮੀ ਪੂਰੀ ਕਰ ਦਿੱਤੀ ਹੈ। ਹਾਂਜੀ ਹਾਂਜੀ। ਸੋ ਆਪ ਕਹਾਂ ਸੇ ਆਏ ਹੋ? ਮੈਂ ਤਾਂ ਬਿਹਾਰ ਕਾ ਹੂੰ। ਬਿਹਾਰ ਤੋਂ? ਤੋ ਆਜ ਰਾਖੀ ਬਾਂਧੀ ਹੈ ਹਮਨੇ, ਆਪਕੋ ਕੈਸਾ ਲੱਗ ਰਿਹਾ? ਆਪਕੀ ਬਹਿਨ ਹੈ? ਨਹੀਂ, ਹਮਾਰੀ ਬਹਿਨ ਨਹੀਂ ਹੈ, ਸਿਸਟਰ ਨਹੀਂ। ਤੋ ਮੈਂ ਬਹਿਨ ਹੂੰ ਆਪਕੀ। ਬਿਲਕੁਲ, ਮੈਨੂੰ ਬਹੁਤ ਖੁਸ਼ੀ ਹੋਆ। ਔਰ ਹਮੇਸ਼ਾ ਮੈਂ ਰਕਸ਼ਾ ਬੰਧਨ ਤੋਂ ਹਮ ਇਧਰ ਹੀ ਮਨਾਤੇ ਹੈ, ਘਰ ਪਰ ਤੋ ਜਾਤੇ ਹੀ ਨਹੀਂ। ਜਬ ਬਹਿਨ ਹੈ ਹੀ ਨਹੀਂ ਤੋ ਜਾਣਾ ਕਿਸੇ ਇਧਰ ਹੀ ਹੋ ਜਾਤਾ ਹੈ। ਦੀਪਾਵਲੀ ਮੈਂ ਜਾਤੇ ਹੈ, ਦੁਰਗ ਪੂਜਾ ਮੈਂ ਜਾਤੇ ਹੈ, ਔਰ ਬਹੁਤ ਖੁਸ਼ੀ ਕੀ ਬਾਤ ਹੈ ਜੋ ਆਪਣੇ ਅੱਜ ਆਪਣੇ ਬਹਿਨ ਕਾ ਫਰਜ਼ ਨਿਭਾਤਾ।
थैंक यू जी सो आप कहाँ से? मैं वेस्ट बंगाल से बिलोंग करता हूँ और मैं 4 साल इधर ही हूँ और ये मेरा पहली रक्षाबंधन इधर ही है। मेरा खुद का बहन नहीं है लेकिन जो बहन की कमी है वो आपने पूरा कर दिया। बस दिस इज फर्स्ट टाइम फॉर मी। बस बहुत अच्छा लग रहा है। बस जो फीलिंग्स है घर की फीलिंग्स है वो पूरा लग रहा है कि घर में ही हूँ। बस कोई घर से दूर इतनी दूर की कोई फीलिंग्स नहीं आ रहा है बाकी पूरा। आप कहाँ से? मैं बिलोंग करता हूँ झारखंड से। झारखंड से तो आप तो पक्का नहीं गए होगे घर पे? ना घर नहीं गया हूँ। आज पहली बार मुझे राखी नसीब हो रहा है तो बहुत खुशी मिल रही है। अंदर से इतना खुशी मिल रही है कि आँख भर गया मेरा। जब आखिर अब राखी बंद रहते तब बहुत अच्छा फीलिंग हो रहा है। बहन नहीं है लेकिन सारे जगह जहाँ मानो वही बहन है। आज भी पूरा हो गया तो बहुत अच्छा लगा। बहुत अच्छा लग रहा है, इतना खुशी मिल रहा है अंदर से। ਜਿੱਥੇ ਵੀਰ ਇਮੋਸ਼ਨਲ ਹੋਏ ਨੇ ਉੱਥੇ ਥੋੜ੍ਹਾ ਜਿਹਾ ਮੈਂ ਵੀ ਅੱਖਾਂ ਮੇਰੀਆਂ ਵੀ ਭਰ ਆਈਆਂ ਨੇ ਕਿਉਂਕਿ ਇਹਨਾਂ ਤੋਂ ਜੋ ਪਤਾ ਲੱਗ ਰਿਹਾ ਨੇ ਕਿੰਨੇ ਦਿਨਾਂ ਤੋਂ ਘਰ ਵੀ ਨਹੀਂ ਗਏ, ਸਾਡੇ ਲਈ ਹਮੇਸ਼ਾ ਤਤਪਰ ਰਹਿੰਦੇ ਨੇ। ਸੋ ਇਸੇ ਲਈ ਹੈ ਨਾ ਇਹ ਇਹਨਾਂ ਦਾ ਵੀ ਕਹਿਣਾ ਕਿ ਇਹਨਾਂ ਦੀ ਭੈਣ ਨਹੀਂ। ਅੱਜ ਮੈਂ ਆਪਣੇ ਆਪ ਨੂੰ ਬਹੁਤ ਵਡਭਾਗਾ ਮਹਿਸੂਸ ਕਰ ਰਹੀ ਹਾਂ ਕਿ ਇਹਨਾਂ ਦੇ ਕੋਲ ਅੱਜ ਮੈਂ ਆ ਕੇ ਰੱਖੜੀ ਬੰਨ੍ਹੀ ਹੈ। ਸੋ ਮੈਂ ਬਹੁਤ ਭਾਗਾਂ ਵਾਲੀ ਹਾਂ ਕਿ ਜਿਹੜੇ ਵੀਰ ਹਮੇਸ਼ਾ ਸਾਡੀ ਰੱਖਿਆ ਕਰਦੇ ਨੇ ਅੱਜ ਉਹਨਾਂ ਦੇ ਗੁੱਟ 'ਤੇ ਮੈਂ ਰੱਖੜੀ ਸਜਾਈ ਹੈ। ਸੋ ਤੁਸੀਂ ਕੀ ਕਹਿਣਾ ਚਾਹੋਗੇ? ਅੱਜ ਇੱਥੇ ਆ ਕੇ ਬਹੁਤ ਵਧੀਆ ਲੱਗਾ। ਤੁਸੀਂ ਸਾਡੀ ਭੈਣ ਦੇ ਤੌਰ 'ਤੇ ਸਾਡੇ ਰੱਖੜੀ ਬੰਨ੍ਹੀ ਹੈ ਅਤੇ ਇੰਨਾ ਵਧੀਆ ਲੱਗਿਆ ਅਤੇ ਜੋ ਘਰ ਜਾਣ ਦੀ ਫੀਲਿੰਗ ਪੂਰੇ ਹੋ ਗਿਆ। ਮੈਮ ਬਸ ਇਹੀ ਕਹਿਣਾ ਚਾਹੂੰਗਾ ਕਿ ਆਪ ਲੋਕਾਂ ਕਾ ਬਹੁਤ ਬਹੁਤ ਸ਼ੁਕਰੀਆ ਜੋ ਆਪ ਲੋਕ ਨੇ ਆ ਕਰਕੇ ਰੱਖੜੀ ਬੰਨ੍ਹੀ ਔਰ ਬਸ ਜੀ ਚਾਹ ਰਿਹਾ ਕਿ ਆਪ ਲੋਕਾਂ ਕੋ ਧੰਨ ਬਹੁਤ ਦੋਨੋਂ ਹੱਥ ਜੋੜ ਕਰਕੇ ਧੰਨਵਾਦ ਕਰਾਂਗਾ। ਜੀ ਵੀਰ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਮੈਂ ਜੀ ਐਕਚੁਅਲੀ ਪਠਾਨਕੋਟ ਤੋਂ ਬਿਲੋਂਗ ਕਰਦਾ। ਜੀ ਪਠਾਨਕੋਟ ਜੀ ਛੁੱਟੀ ਨਹੀਂ ਮਿਲੀ? ਹਾਂਜੀ ਤੁਸੀਂ ਛੁੱਟੀ ਪੂਰਾ ਕਰਤਾ। ਸੋ ਸੁਨੀਲ ਕੁਮਾਰ ਰਾਏ ਜੀ ਇਹ ਫੌਜੀ ਜਵਾਨ ਸਾਡੇ ਨਾਲ ਨੇ। ਅੱਜ ਦੇ ਦਿਨ ਅੱਜ ਸਾਡੇ ਲਈ 2 ਦਿਨ ਬਹੁਤ ਮਹੱਤਵਪੂਰਨ ਨੇ। ਇੱਕ 15 ਅਗਸਤ ਹੈ ਅਤੇ ਦੂਸਰਾ ਰੱਖੜੀ ਦਾ ਤਿਉਹਾਰ ਹੈ। ਸੋ 15 ਅਗਸਤ ਦੇ ਮੱਦੇਨਜ਼ਰ ਤੁਸੀਂ ਛੁੱਟੀਆਂ ਵੀ ਨਹੀਂ ਲੈ ਸਕਦੇ ਅਤੇ ਰੱਖੜੀ ਆ ਗਈ ਹੈ ਅਤੇ ਉਸ ਦਿਲ ਵੀ ਕਰਦਾ ਘਰ ਜਾਣ ਨੂੰ। ਕੀ ਕਹਿਣਾ ਚਾਹੋਗੇ? मैम घर जाने का दिल तो करता है पर चूँकि 15 अगस्त और रक्षाबंधन दोनों एक साथ है तो बड़ा अच्छा हो गया। देश की सुरक्षा और लोगों की सुरक्षा, बहनों की सुरक्षा सब एक साथ हो गई। और चूँकि आप लोग बहुत आते हैं यहाँ पे, सब लोग राखी बांधने के लिए, जो आप पूरे देश का प्यार होता है, इतनी सारी बहनें आती हैं कि हमारी बहन भी खुश हो जाती है वहाँ से देख के कि चलो भैया मेरा राखी बांध के ही बैठा वहाँ पर और मैं तो जो हूँ सो हुई, पूरा देश ही उसकी बहन की जैसा ही चल रहा है तो बड़ा अच्छा लगता है। बड़ी अच्छी फीलिंग हुई, आप भी आई और राखी का एहसास कराई हमारे। देखिए सारे जवान भी बहुत खुश हैं और थैंक यू सो मच कि आप लोग यहाँ आए और हमें ये एहसास कराए कि अपनी बहनों के अलावा भी बहुत सारे लोग हैं जो हमारी बहनों जैसे ही हैं। जी बिल्कुल। ਵਧਾਈ ਹੋਵੇ ਉਹਨਾਂ ਭੈਣਾਂ ਨੂੰ ਜਿਨ੍ਹਾਂ ਨੂੰ ਇਹ ਵੀਰ ਮਿਲੇ ਨੇ। ਸੋ ਬਹੁਤ ਹੀ ਖੂਬਸੂਰਤ ਜਿਹੜਾ ਪਲ ਸੀ ਅੱਜ ਮੈਂ ਇਹਨਾਂ ਦੇ ਵਿੱਚ ਆ ਕੇ ਜਿਉਇਆ ਹੈ। ਸੋ ਅੱਜ ਮੈਂ ਵੀ ਇਹਨਾਂ ਫੌਜੀ ਵੀਰਾਂ ਦੇ
ਗੁੜ ਤੇ ਰੱਖੜੀ ਸਜਾਈ ਹੈ ਤੇ ਅੱਜ ਇਹਨਾਂ ਦੀਆਂ ਭਾਵਨਾਵਾਂ ਨੂੰ ਤੁਸੀਂ ਭਲੀ ਭਾਂਤ ਜਾਣ ਲਿਆ ਕਿ ਕਿੰਨੇ ਖੁਸ਼ ਨਜ਼ਰ ਆ ਰਹੇ ਨੇ ਮੇਰੇ ਫੌਜੀ ਵੀਰ। ਸੋ ਬਿਲਕੁਲ ਜੀ, ਜੇਕਰ ਗੱਲ ਕੀਤੀ ਜਾਵੇ ਭੈਣ ਭਰਾ ਦਾ ਇੱਕ ਪਵਿੱਤਰ ਰਿਸ਼ਤਾ ਹੁੰਦਾ ਹੈ ਤੇ ਇਸ ਪਵਿੱਤਰ ਰਿਸ਼ਤੇ ਵਿੱਚ ਸਾਡੀ ਰੱਖੜੀ ਜੋ ਤੁਸੀਂ ਬੰਨ੍ਹਦੇ ਹਾਂ ਤਾਂ ਇੱਕ ਸਾਂਝ ਜਿਹੜੀ ਗੂੜ੍ਹੀ ਜਿਹੜੀ ਪੈਂਦੀ ਹੈ। ਪਰ ਇਹ ਜਿਹੜੇ ਵੀਰ ਨੇ ਸਿਰਫ ਰੱਖੜੀ ਦੇ ਤਿਉਹਾਰ ਜਦੋਂ ਆਉਂਦਾ ਤਾਂ ਇੱਕ ਅਨੁਭਵ ਦੇ ਵਿੱਚ ਹੀ ਜਿਉਂਦੇ ਨੇ ਤੇ ਅੱਜ ਇਹਨਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਮੈਂ ਥੋੜ੍ਹਾ ਜਿਹਾ ਇਮੋਸ਼ਨਲ ਮੈਂ ਵੀ ਹੋ ਗਈ ਹਾਂ, ਪਰ ਇੱਕ ਅੰਦਰਲੀ ਖੁਸ਼ੀ ਜਿਹੜੀ ਇਹਨਾਂ ਨੇ ਬਿਆਨ ਕੀਤੀ ਆ ਉਹ ਤਾਂ ਅਸੀਂ ਬਹੁਤ ਹੀ ਵਡਭਾਗੇ ਕਿ ਮੈਂ ਇਹਨਾਂ ਦੇ ਗੁੜ 'ਤੇ ਆ ਕੇ ਜਿਹੜੀ ਰੱਖੜੀ ਸਜਾਈ ਹੈ। ਸੋ ਸਾਰੇ ਹੀ ਸਰਹੱਦ 'ਤੇ ਜਿੰਨੇ ਵੀ ਮੇਰੇ ਵੀਰ ਨੇ ਜਿੱਥੇ ਜਿੱਥੇ ਵੀ ਨੇ, ਅੱਜ ਕਿਸੇ ਦੀ ਗੁੱਟ ਜਿਹੜਾ ਸੁਣਨਾ ਨਾ ਰਹੇ, ਹਮੇਸ਼ਾ ਉਹਨਾਂ ਦੀ ਅਸੀਂ ਭੈਣਾਂ ਆ, ਹਮੇਸ਼ਾ ਅਸੀਂ ਤਾਂ ਰੱਖੜੀ ਉਹਨਾਂ ਨੂੰ ਬੰਨ੍ਹਦੇ ਰਹਾਂਗੇ। ਸੋ ਇਹਨਾਂ ਸਾਰੇ ਫੌਜੀ ਵੀਰਾਂ ਨੂੰ ਮੇਰੇ ਵੱਲੋਂ ਸਲਾਮ ਹੈ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂ ਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।